तीन दिन लग गए, रात कितने रह गई, रात कितने रह गए, गाफलों नूं पाउंदे आ बंदे मुसलमान ते मारदे आ। झंडे ला ते चले ने ते उन्हां नूं मिलिट्री वाले ते अपने सारे आख्या भाई तुसीं ये झंडे ला दिओ। उन्हां आख्या सानूं कौन रोकण वाला, ते गाफलां ते गाफलां चार दित्ता कसाई वाला मन लै सार दित्ता, अगला गोलियां ना पाउंदे। मौत पर भी हमें है यकीन, तुम पर भी एतबार है, देखते हैं पहले कौन आता है, हमें दोनों का इंतजार है। नमस्कार, सत श्री अकाल, आदाब, मैं कुलदीप कंबोज ते तुहाडा सब का स्वागत है तुहाडे अपने शो द लाइफ जर्नी दे विच। दोस्तों, अज असीं पहुंचे हाँ पिंड चाला, तहसील अरनी वाला, जिला फाजिलका। असीं पिंड चाला दे विच पहुंचे हाँ बूटा राम जी दे घर, ते इन्हां कोलों आपां पुछांगे अपने पिछोकड़ दीआं गल्लां, अपना रहिण सहिण किवें सीगा, किवें दा विआह शादियां दा माहौल सीगा, बच्चिआं दा स्कूलां दा किवें 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 अगे पढ़ाई हो, क्योंकि पहला स्कूल हुंदे नहीं सीगे। कुछ गल्लां 1947 दा पार्टीशन टाइम दीआं, पार्टीशन दे टाइम किन्ना औखे हो के, मतलब कि जो हिंदू भरा सीगे उह हिंदुस्तान आए, ते जो मुसलमान भरा सीगे उह पाकिस्तान देश किवें गए। ये सारिया गल्ला आप बाबा जी तो पुछन लगे हैं, तो चलो आओ शुरू करते हैं। राम राम बाबा जी। राम राम। होर सेहत ठीक ने जी? ठीक है। अच्छा, किन्नी उम्र थोड़ी हूँ? 80 साल। 80 साल। पिछा कि पिंड सी थोड़ा? बाईवाल। बाईवाल सजदा का पिंड। अच्छा, जातों होती है ना आप आप, जिमें आप डोट है या सामे है, वो मुसलमान है जिमें जाता है, वो सैयद है, पीर सदान है। ठीक है। जिला कड़ा वैदा है? सील जिला। जिला मेंट कुंबरी। ठीक है। जो तो ये रोला पया, उदो मतलब कि कुछ होया, किवें किवें तुसी उत्थो चल के इत्थे ਫਾਜ਼ਿਲ ਕਾ ਤਾਂ ਕਿ ਕਿਹੜੇ ਬਾਰਡਰ ਤੁਸੀਂ ਟੱਪੇ ਸੀ ਉਹ ਸਾਰੀ? ਸੁਲੇਮਾਨ ਦਾ ਹੈਡ ਟੱਪਿਆ ਸੀ। ਅੱਛਾ ਜੀ। ਕਿਵੇਂ ਤੁਹਾਨੂੰ ਪਤਾ ਲੱਗਾ ਕਿ ਰੌਲਾ ਪਿਆ, ਜਿਵੇਂ ਤੁਹਾਨੂੰ ਯਾਦ ਹੈ ਜਾਂ ਕੁਝ ਗੱਲਾਂ ਤੁਹਾਨੂੰ ਕਿਸੇ ਨੂੰ ਪੱਕੀਆਂ ਤੁਹਾਨੂੰ ਪਤਾ ਵੀ ਹੈਗੀਆਂ ਨੇ? ਬਸ ਉਹ ਤਾਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਕੋਈ ਰੌਲੇ ਦਾ ਅਸੀਂ ਤਾਂ ਪਾਈ ਬਾਂਧਿਆ ਸਜਦਾ ਨਹੀਂ, ਅਤੇ ਉਹਨਾਂ ਦੇ ਕੋਲ ਹੀ, ਅਤੇ ਉਹ ਉਹਨਾਂ ਆਖਿਆ ਵੀ ਮੇਰੇ ਬਾਪੂ ਨੂੰ ਆਉਂਦੇ ਬਾਈ ਹੁਣ ਪਾਕਿਸਤਾਨ ਦੇ ਇਨਸਾਨ ਬਣ ਗਿਆ, ਤੁਸੀਂ ਆ ਜਾ ਜਾਓ, ਅਤੇ ਅਸੀਂ ਪਰ ਸਾਡੀ ਸਾਡੇ 'ਚ ਵੱਡਾ ਚੁੱਕੀ ਕੋਈ ਨਹੀਂ ਹੋਈ, ਰਾਜ ਗਾਫਲਿਆਂ 'ਚ ਹੁੰਦੀ ਆਈ, ਉੱਥੇ ਨਹੀਂ ਹੋਈ। ਸੁੱਕੀ ਸੰਦੀ ਆ ਗਏ? ਹਾਂ, ਸੁੱਕੀ ਸੰਦੀ ਆ ਗਿਆ। ਕਿੰਨਾ ਟਾਈਮ ਲੱਗਾ ਸੀ ਤੁਹਾਨੂੰ? ਸਾਨੂੰ ਉੱਥੋਂ 3 ਦਿਨ ਲੱਗ ਗਏ, ਰਾਤ ਕਿੱਥੇ ਰਹਿ ਗਈ, ਰਾਤ ਕਿੱਥੇ ਰਹਿ ਗਏ, ਗਾਫਲਿਆਂ ਨੂੰ ਪਾਉਂਦੇ ਆ ਬੰਦੇ ਮੁਸਲਮਾਨ ਤੇ ਮਾਰਦੇ ਆ, ਅਤੇ ਉਹ ਇਕੱਠੇ ਹੋ ਅਤੇ ਮੁੜਜੋੜ 'ਤੇ ਨਿਕਲਦੇ ਆ ਗਾਫਲੇ, ਸੜਕਾਂ 'ਤੇ ਚੋਰ ਪਾਉਣਾ, ਕੱਚੀਆਂ ਸੜਕਾਂ ਹੋਣੀਆਂ। ਅੱਛਾ, ਖੇਤਾਂ ਦੇ ਵਿੱਚੋਂ ਦੀ ਹੋ ਜਾਂਦੇ? ਖੇਤਾਂ 'ਚ ਉਹ ਸੜਕਾਂ, ਮਤਲਬ ਜਿਵੇਂ ਹੁਣ ਆਪਣੀ ਟਾਹਲੀ ਵਾਲਾ ਰੋਡ ਹੈ, ਇਸੇ ਤਰ੍ਹਾਂ ਸੜਕਾਂ ਵੱਡੀਆਂ ਹੁੰਦੀਆਂ, ਕੱਚੀਆਂ ਹੁੰਦੀਆਂ ਟੁਰਿਆ ਹੁਣ। ਹੋਰ ਬਈ ਇਸ ਤੋਂ ਉੱਤੇ ਆਪਾਂ ਨੂੰ ਨਹੀਂ ਜ਼ਿਆਦਾ ਸੂੰ ਐਵੇਂ ਕੂਟਦਾ ਤਾਂ ਨਾ ਕਾਲ। ਬਿਲਕੁਲ ਬਿਲਕੁਲ, ਕੂੜ ਨੂੰ ਕੁੱਟਿਆ। ਉਹ ਜਿਹੜੀ ਗੱਲ ਤੁਸੀਂ ਦੱਸੀ ਨਾ, ਮੱਝਾਂ ਉੱਤੇ ਬਿਠਾਓ, ਦੱਸੋ। ਹਾਂਜੀ, ਅਸੀਂ ਬਈ ਛੋਟੇ ਹਾਂ ਇੱਥੇ, ਅਤੇ ਟੁਰਿਆ ਨਹੀਂ ਜਾਂਦਾ, ਅਤੇ ਥੱਕ ਪਾਉਂਦਾ ਅਤੇ ਰੋਂਦਾ, ਅਤੇ ਮੱਝਾਂ ਦੇ ਉੱਤੇ ਤਾਂ ਬਾਂਧਿਆ, ਲਹਿ ਜਾ ਬਈ ਚੱਟ ਟੁਰੇ ਚੱਲੋ, ਮੁੜ ਲਾ ਲੈਂਦਾ ਮੁੜ, ਬਲਦਾਂ ਦੀ ਖੁਰਲੀ ਹੁੰਦੀ ਕਾਠ ਦੀ ਬਣੀ ਹੋਈ, ਉਹਨੂੰ ਪੰਜਾਲੀ ਪਾਈ ਹੋਈ ਹੁੰਦੀ, ਅਤੇ ਉਹਦੇ ਵਿੱਚ ਬਾਂਧਿਆ ਬਈ, ਲੈ ਤੂੰ ਜੂਠੇ ਲੈਂਦਾ ਚੱਲ, ਨਹੀਂ ਟੁਰਿਆ ਜਾਂਦਾ ਤਾਂ। ਇੱਥੇ ਫਾਜ਼ਿਲਕਾ ਕਿੰਨਾ ਟਾਈਮ ਰੁਕੇ ਸੀਗੇ? ਫਾਜ਼ਿਲਕਾ ਅਸੀਂ ਇੱਥੇ ਮਹੀਨਾ ਰੁਕੇ ਰਹੇ। ਅੱਛਾ, ਇੱਥੋਂ ਦੇ ਕੁਝ ਗੱਲਾਂ? ਕੋਈ ਇੱਥੋਂ ਕੋਈ ਰਾਸ਼ਨ ਸਾਨੂੰ ਦਿੰਦਾ, ਅਤੇ ਬਸ ਉਹ ਖਾਣ ਅਤੇ ਗੁਜ਼ਾਰਾ ਕਰਦੇ ਹਾਂ। ਮੁੜਾ ਉੱਥੋਂ ਚੱਲਿਆ ਮਿਹਨਤ ਬਾਹਰ, ਅਤੇ ਇਹ ਪਿੰਡ ਚੱਕ ਵਾਣ ਵਾਲਾ ਇੱਥੇ ਆ ਗਏ, ਮੁੜ ਇੱਥੇ ਮੁਸਲਮਾਨਾਂ ਦੇ ਬਾਜਰੇ ਅਤੇ ਇਹ ਜਿਹੀਆਂ ਪੱਕੀਆਂ ਖਲੀਆਂ ਆਈਆਂ, ਉਹ ਮੁੜ ਡੋਂਗ ਡੋਂਗ 'ਤੇ ਜਿਵੇਂ ਜੋਗਾਂ ਆਈਆਂ ਬਲਾਂ ਦੇ ਹਿਸਾਬ 'ਤੇ, ਜੋਗਾਂ ਸਾਡੀਆਂ ਸਾਡੀਆਂ 13 ਜੋਗਾਂ ਆਈਆਂ ਸਾਡੇ ਗਰੁੱਪ ਦੀਆਂ, ਅਤੇ ਬਲਦ ਹੁੰਦੇ ਆ ਜੋਗਾ ਉਹਨਾਂ ਨੂੰ ਸਾਡੇ। ਹਾਂਜੀ 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 ਹਾਂ। ਅਤੇ ਉਹ ਮੁੜ ਅਸੀਂ ਦਾਣੇ ਪੜੋਪੀਆਂ ਨਾਲ ਵੰਡੇ ਵੀ ਇੰਨੇ ਇਹਨੂੰ ਆ ਗਏ, ਇਹਨੂੰ ਜਿੰਨਾ ਜੀ ਹੋਏ ਗਿਣ ਲੈ ਉਹਨੇ ਦਾਣੇ ਦਿੱਤੀ ਜਾ,
ਰਲ ਮਿਲ ਕੇ ਕੰਮ ਰਲ ਮਿਲ ਕੇ ਕੰਮ ਮੁੜ ਵੀ ਵੱਡੇ ਵੱਡੇ ਹੋ ਗਏ ਸੀ ਤਿੰਨ ਸਾਲ ਦੇ ਉੱਥੇ ਰਹਿ ਵਾਹਣ ਵਾਲੇ ਮੁੜ ਇੱਥੇ ਆ ਗਏ ਸੇਠ ਰੂਪ ਚੰਦ ਲੰਬੜਦਾਰ ਨੂੰ ਇਲਾਜ ਹੋਈਏ ਉਹ ਸਾਨੂੰ ਵਾਹਣ ਵਾਲੇ 'ਚ ਲਿਆਂਦਾ ਤੇਰਾਂ ਜੋਗਾਂ ਸਾਡੀਆਂ ਇਕੱਠੀ ਲੈਂਦੀਆਂ ਮੁੜੋ ਪੈਲੀ ਸਾਰੀ ਅਸੀਂ ਬਾਂਧ ਰਹੇ ਮੈਂ ਉਸ ਪਾਣੀ ਰੋਟੀ ਲੈ ਤੇ ਪੜਦਾਂਦਾ ਮਗਰ ਉੱਥੇ ਫਾਜ਼ਿਲਕਾ ਕੋਈ ਕੋਈ ਇੱਦਾਂ ਦੀ ਗੱਲ ਹੋਈ ਹੋਵੇ ਕਿ ਮਤਲਬ ਕਿ ਕਿਸੇ ਦਾ ਨੁਕਸਾਨ ਕੋਈ ਦੁੱਖ ਸੁੱਖ ਕੋਈ ਕਹਿੰਦੇ ਰਹੇ ਕਿ ਉੱਥੇ ਕਮਲ ਕਈ ਫਾਜ਼ਿਲਕਾ ਤਾਂ ਦਿਨ ਗਾਫਲਾ ਵਿਗੜਦਾ ਅਤੇ ਉਹ ਝੰਡੇ ਲਾ ਤੇ ਚੱਲੇ ਨੇ ਅਤੇ ਉਹਨਾਂ ਨੂੰ ਮਿਲਟਰੀ ਵਾਲਾ ਅਤੇ ਆਪਣੇ ਸਾਰਿਆਂ ਆਖਿਆ ਬਈ ਤੁਸੀਂ ਇਹ ਝੰਡੇ ਲਾ ਦਿਓ ਉਹਨਾਂ ਆਖਿਆ ਸਾਨੂੰ ਕੌਣ ਰੋਕਣ ਵਾਲਾ ਅਤੇ ਗਾਫਲਾ ਤਾਂ ਗਾਫਲਾ ਸਾੜ ਦਿੱਤਾ ਕਸਾਈਆਂ ਵਾਲਾ ਮੰਨ ਲੈ ਸਾੜ ਦਿੱਤਾ ਅਗਲਾ ਗੋਲੀਆਂ ਨਾ ਬੰਨ ਦਿੱਤਾ ਮਰੇ ਤਾਂ ਵਿਚਾਰੇ ਬੇਕਸੂਰ ਮਰੇ ਤਾਂ ਬਈ ਮੁੜ ਨਹੀਂ ਜੇ ਤਾਂ ਉਹਨਾਂ ਵੀ ਕਰ ਲਈ ਮੈਨੇ ਤਾਂ ਹੁਣ ਹਕੂਮਤ ਤੇਰੀ ਹੈ ਤੇ ਤੂੰ ਆਖੀ ਵੀ ਐਂ ਕਰ ਤੇ ਟੱਪ ਜਾ ਬਈ ਤੇ ਮੈਂ ਆਦਿ ਇਹ ਵੀ ਖਾਵਾਂ ਬਈ ਉਹ ਤਾਂ ਨਹੀਂ ਮੁੜ ਗੱਲ ਬਣਦੀ ਬਿਲਕੁਲ ਬਿਲਕੁਲ ਵਿਆਹ ਸ਼ਾਦੀ ਪੁਰਾਣੇ ਕਿਵੇਂ ਹੁੰਦੇ ਸੀਗੇ ਜੀ ਵਿਆਹ ਸ਼ਾਦੀ ਜਵਾਨਾਂ ਸੁਣ ਲੈ ਗੱਲ ਗੁੜ ਦੇ ਕੜਾਹ ਬਣਾਉਂਦੇ ਨੀ ਦੇਸੀ ਘਿਓ ਹੁੰਦੇ ਚਾਵਲ ਹੁੰਦੇ ਨੀ ਅਤੇ ਜਿਹੜੀ ਆਪਣੀ ਬਿਰਾਦਰੀ ਹੈ ਇਹ ਤਾਂ ਆਮ ਘਰ 'ਤੇ ਪੈਦਲ ਟੁੱਟਦੀ ਹੈ ਨਹੀਂ ਤਾਂ ਉੱਠ ਖੋਤੀਆਂ 'ਤੇ ਜਾਂਦੇ ਨੀ ਬਰਾਤਾਂ ਗਾਇਆ ਹੋਇਆ ਛੋਟੇ ਹੁੰਦੇ ਆ ਮੇਲੇ ਵੇਖੇ ਨੇ ਮੇਲੇ ਦੇ ਨਹੀਂ ਆਪਾਂ ਨੂੰ ਚੇਤੇ ਐਵੇਂ ਹੁਣ ਆਖੀ ਜਾਈਏ ਵੀ ਆਹ ਗੱਲ ਹੈ ਵੀ ਪੜ੍ਹੇ ਲਿਖੇ ਹੋ ਕਿ ਨਹੀਂ ਪੜ੍ਹੇ ਨਹੀਂ ਪੜ੍ਹੇ ਨਹੀਂ ਹੈ ਪਰ ਆਪਾਂ ਹਾਂ ਪੜ੍ਹਿਆ ਅਰਗੇ ਪੜ੍ਹੇ ਤਾਂ ਅਲਫ ਬੇ ਹੀ ਨਹੀਂ ਹੈ ਹਾਂ ਉਹ ਉਰਦੂ ਦੀ ਬੋਲੀ ਪਰ ਅਲਫ ਹੀ ਆਉਂਦਾ ਬੁੱਲੇ ਫਛਾ ਨੂੰ ਸਿਖਾਉਣ ਲੱਗਾ ਨਾ ਗੁਰੂ ਅਤੇ ਹਦਾਇਤ ਅੱਲਾ ਅਤੇ ਉਹ ਆਉਂਦਾ ਓਏ ਬੁੱਲਾ ਆ ਤੈਨੂੰ ਗੁਰ ਸ਼ਬਦ ਦੇਵਾਂ ਉਹ ਆਉਂਦਾ ਜੀ ਦੱਸੋ ਆਖ ਅਲਫ ਉਹ ਆਉਂਦਾ ਅਲਫ ਉਹ ਅੱਲਾ ਨੂੰ ਸੱਦਣ ਵਾਹਿਗੁਰੂ ਨੂੰ ਉਹ ਤਾਂ ਆਉਂਦਾ ਬੇ ਉਹ ਆਉਂਦਾ ਬੇ ਬਿਆਨ ਨੂੰ ਤੇ ਮੈਨੂੰ ਅੱਲਾ ਹੀ ਬੜਾ ਕਿਸੇ ਦੀ ਲੋੜ ਹੀ ਨਹੀਂ ਇਹਦਾ ਜਿਹੜਾ ਸਮਝਦਾ ਇੰਨਾ ਡੂੰਘਾ ਉਹਨੂੰ ਪਤਾ ਲੱਗਦਾ ਹੋਰ ਇਹ ਇਤਿਹਾਸ ਤਾਂ ਫਰੋਲਨ ਇਤਿਹਾਸਕਾਰ ਦੱਸਣ ਤਾਂ ਆਪਾਂ ਕਮੋਜ ਇਹ ਵਿਸ਼ਵ ਮਿੱਤਰ ਵੀ ਆਪਣਾ ਕਮੋਜ ਹੈ ਇਹਦੇ ਪਿਓ ਦੇ ਨਾਲ ਗਾਂਧੀ ਹੈ ਇਹ ਰਾਜੇ ਕਕੇਸ਼ ਦੀ ਅਣਸ ਚੋਂ ਚੱਲਿਆ ਹੁੰਦਾ ਆਪਾਂ ਕਮੋਜ ਖੇਡਾਂ ਕੀ ਖੇਡਦੇ ਸੀਗੇ ਤੁਸੀਂ ਜਦੋਂ ਛੋਟੇ ਸੀਗੇ ਖੇਡਾਂ ਜੀ ਬੁੱਧਕਰ ਚਾਂਦ ਹੈ ਕੁਆਂਟਲ ਕੁਆਂਟਲ ਦਾ ਪਲੱਥੇ ਖੇਡਣੇ ਡਾਂਗਾ ਸੋਟਾਂ ਨਾਲ ਇੱਕ ਦੂਏ ਨਾਲ ਅਤੇ ਢੋਲ 'ਤੇ ਨੱਚਣਾ ਝੁੰਬਰ ਵਜਾਵਣੀ ਭੰਗੜੇ ਪਾਉਣੇ ਡਾਕੇ ਖੇਡਣੇ ਇਹ ਖੇਡਾਂ ਖੇਡਦੇ ਆਏ ਉਸ ਵਕਤ ਉਸ ਟਾਈਮ ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਇਕੱਲਾ ਬੰਦੇ ਨੂੰ ਵਾਹ ਨਹੀਂ ਗੀ ਰਾਤ ਨੂੰ ਆ ਚਲਾ ਜਨਾਨੀ ਦੀ ਗੱਲ ਤਾਂ ਦੂਰ ਦੀ ਹੈ ਉਦੋਂ ਵੀ ਕੋਈ ਲੁੱਟ ਖਸੁੱਟ ਹੁੰਦੀ ਨਾ ਉੱਥੇ ਇਹ ਰੋਲੇ 'ਚ ਪੜ੍ਹੇ ਕੋਈ ਸਾਲਕ ਦੱਸਦੇ ਨੇ ਬਈ ਹਾਲਾ ਛੇਰੀ ਅੱਗੇ ਇੱਕ ਥਰ ਬਰਾਮਦ ਥਰ ਰਹਿੰਦਾ ਅਤੇ ਚੋਰੀਆਂ ਡਾਕੇ ਤਾਂ ਸ਼ੁਰੂ ਤੋਂ ਟੁਰਿਆ ਹੁੰਦਾ ਜਿਹੜੇ ਅੱਜ ਦਾ ਟਾਈਮ ਬਾਬਾ ਜੀ ਅੱਜ ਕੱਲ੍ਹ ਮਸ਼ੀਨੀ ਯੁੱਗ ਆ ਗਿਆ ਬੜਾ ਬੰਦਾ ਮਤਲਬ ਕਿ ਕਹਿੰਦਾ ਵੀ ਸੁਖੀ ਹੋ ਗਿਆ ਪਰ ਆਪਾਂ ਵੇਖੀਏ ਤਾਂ ਟੈਨਸ਼ਨਾਂ ਬੜੀਆਂ ਨੇ ਬੰਦੇ ਨੂੰ ਮੈਂ ਤੁਹਾਨੂੰ ਦੱਸਾਂ ਬਈ ਹੁਣ ਯੁੱਗ ਹੈ ਨਾ ਮਸ਼ੀਨਰੀ 'ਤੇ ਇੱਕ ਤਾਂ ਗਊ ਦਾ ਬੁਰਾ ਹੋ ਗਿਆ ਇੱਕ ਗਰੀਬ ਦਾ ਬੁਰਾ ਹੋ ਗਿਆ ਇਹ ਇੱਕ ਵਾਰੀ ਅੱਗੇ ਵੀ ਹੋਇਆ ਹੋਇਆ ਅਤੇ ਅੱਜ ਤੂੰ ਨੇ ਜਦੋਂ ਮੁਹੰਮਦ ਪੈਦਾ ਹੋਇਆ ਨਾ ਇਹ ਮੁਸਲਮਾਨ ਜਿਹੜੇ ਸੁੰਨੀ ਨੂੰ ਮੁਹੰਮਦ ਤੋਂ ਪੈਦਾ ਹੋਏ ਹੋਏ ਨੇ ਅਤੇ ਇਹ ਹੁਣ ਉਹ ਕਾਰ ਆ ਹੁਣ ਹੋਈ ਖੜੀ ਹੈ ਉੱਥੇ ਦੱਸਿਆ ਭਾਈ ਗੁਰਦਾਸ ਦੀਆਂ ਵਾਰਾਂ 'ਚ ਬਹੁ ਵਾਟੀ ਜੱਗ ਪਿਆ ਜਬ ਤੂੰ ਆਇਓ ਮੁਹੰਮਦ ਯਾਰਾ ਕੌਮ ਬਹਾਦਰ ਸੰਘ ਕਰਤੇ ਵੈਰ ਵਿਰੋਧ ਵਧਾਰਾ ਮਰਨ ਗਊ ਗਰੀਬ ਨੂੰ ਅਤੇ ਧਰਤੀ 'ਤੇ ਪਾਪ ਬਥੇਰੇ ਡੂਢ ਰੁਪਈਆ ਐਸ ਚਾਲ ਡੂਢ ਰੁਪਈਆ ਦਿਹਾੜੀ ਕੀਤੀ ਮੈਂ 30 ਸਾਲ ਮੈਂ ਸੀਰ ਕੀਤਾ ਜ਼ਿਮੀਂਦਾਰਾਂ ਨੇ ਮੇਰੀ ਪੈਲੀ ਨਹੀਂ ਮਰਲਾ ਵੀ ਅਤੇ ਉਹ ਦਿਹਾੜੀ ਸਾਡੀ ਮੁੱਕਦੀ ਨਹੀਂ ਆਈ ਜੇ ਹੁਣ 300 ਜੇ ਸਾਲ 'ਚ ਲੱਗੀ ਇੱਕ ਦਿਹਾੜੀ ਤਾਂ ਉਹਨੂੰ ਕੀ ਕਰੇ ਇਹ ਤਾਂ ਸਰਕਾਰਾਂ ਬੜਾ ਹੌਸਲਾ ਦਿੱਤੀ ਖੜੀਆਂ ਨੇ ਆਹ ਦਾਣੇ ਦਿੱਤੀ ਖੜੀਆਂ ਨੇ ਪਿਲਸਣਾ ਦਿੱਤੀ ਖੜੀਆਂ ਬੁੱਢਿਆਂ ਨੂੰ ਨਹੀਂ ਤਾਂ ਮੇਰੀ ਤਾਂ ਹਾਰਟ ਦੀ ਦਵਾਈ ਚੱਲਦੀ ਬਠਿੰਡੇ 'ਚ ਨਹੀਂ ਤਾਂ ਦਵਾਈ ਨਹੀਂ ਲਈ ਜਾਣੀ
बिना जमीन आए तो बिल्कुल बिल्कुल ना कोई करण आला होए। बहुत सरकार मैं खुश हाँ, लोग तो हल्के हो फिर दिना पर सरकार जिन्ना आसरा दिखी खड़ी इन्ना मैं तो आना ना सरकार का काम ही है जोड़ा इन्नी दुनिया संभाली खड़ी है आप आने सरकार खा गई पर सरकार दुनिया खाधी जाती है लालच वादगा ना लालच बाबा जी कोई ये जी आप थोड़ी वीडियो बनाई अज इन सारे वेखणगे छोटे छोटे जवाक भी साडे वर्गे भी ठीक है इन्हों कोई मत की गल कोई भी चंगी गल भी आ काम जी उन्हें जिंदगी काम आ सके भी ये काम करना चाहिए नहीं करना चाहिए ठीक है ये कोई गल दसो कि जोड़ा कोई बड़ी वीडियो वेखे जवाक तो उन्हें समझ आए कि मैं आ गलत काम आया अगर नहीं करना चाहिए तो आह काम करना चाहिए जो जिंदगी काम आ गए उन्होंने गल सुना जी सब तो वड्डा धर्म है पराई जितना तको पराया धन ना खाओ ये साथ नहीं देता आपा तो मरावा कहने पढ़े हुए ही नहीं है अंदर से पर गल्ला पढ़े लिखे तो बढ़िया ने तोड़ी ये हक पराया नानका वो सूर त्यो गां मुसलमान नु है सूर खाना हक पराया ते इंदे वास्ते गऊ है ते हुण तां भाई ऐसा काल जो काव सी गुंडी रन प्रधान कढाव सी चोर चक्का चौधरी से गुंडी रन प्रधान हुण राज गुंडा दा इत की कर सकता जेड़ा मेरे रंगा भला मानस है पैली नहीं अरे कमला है कि इन आखल कोई समाज है अपनी जाति तो खास करते है। तो दोस्तों बाबा जी ने अपने पिछोकड़ बारे अपने इतिहास बारे अपन जो चानना पाया है मैं उम्मीद करदा कि तुहानू पसंद आया होगा तो बहुत कुछ सीखने भी मिलया होगा। तो अगले एपीसोड दे विच अगले चेहरे के नाल नवे चेहरे के नाल फिर मिलते हैं उदों तक के लिए फिर आप रख।